Bismillah ar-Rahman ar-Rahim. Assalamu alaikum nazreen. Fatima family kitchen ni tusan ki khush amdeed. Bismillah ar-Rahman ar-Rahim. Assalamu alaikum. Sare jitne mere view takna len unna ki bahut bahut assalamu alaikum. Aaj main roze start ho jaye to main kya chalo thodi thodi cheezan jadiyan na shami har cheez thodi thodi banane na ta khane vich taste karne ve ya eh bhi honi chahiye eh bhi honi chahiye. ਤੇ ਮੈਂ ਚਿਕਨ ਵੈਜੀਟੇਬਲ ਵੈਜੀਟੇਰੀਅਨ ਜੀ ਚਿਕਨ ਵੈਜੀਟੇਬਲ ਟੋਸਟੀ ਬਣਾਉਣਾ ਦੱਸਨੇ ਆ ਇਹ ਤੁਸੀਂ ਸਵੇਰ ਸਾਰੀ ਨੇ ਟਾਈਮ ਵੀ ਯੂਜ਼ ਕਰੀ ਸਕਨੇ ਹੋ ਬਿਲਕੁਲ ਲਾਈਟਲੀ ਹੈ ਅਗਰ ਕੋਈ ਪਰਾਠੇ ਖਾਣੇ ਨੂੰ ਪਰਾਠੇ ਦੀ ਜਗ੍ਹਾ ਅਗਰ ਉਹ ਪਰਾਠਾ ਨਾ ਖਾਣ ਨਹੀਂ ਖਾਣਾ ਚਾਹਣੇ ਤਾਂ ਇਹ ਖਾਈ ਸਕਨੇ ਨੋ ਤੇ ਸ਼ਾਮੀ ਨੇ ਟਾਈਮ ਵੀ ਅਗਰ ਤੁਸੀਂ ਖਾਣਾ ਚਾਹੋ ਤਾਂ ਇਹ ਬਹੁਤ ਹੀ ਮਜ਼ੇਦਾਰ ਤਾਂ ਈਜ਼ੀ ਬਣਨੇ ਵਾਲੀ ਹੈ ਤਾਂ ਅਸਾਂ ਹੁਣ ਤੁਸੀਂ ਕੀ ਦੱਸਨੇ ਆ ਕਿ ਇਸਨੇ ਕਿਆ ਇਨਗਰੀਡੀਐਂਟਸ ਚਾਹੀਨੇ ਨੂੰ ਕੁੱਲ ਚਿਕਨ ਬੋਨਲੈਸ ਹੈ ਚਿਕਨ ਇਹ ਬ੍ਰੈਸਟ ਹੈ ਹਾਫ ਪੀਸ ਅਸਾਂ ਕਿੱਦਾਂ ਹੀ ਹੈ ਉਸਕੀ ਬੋਇਲ ਕਰੀ ਕੇ ਅਸਾਂ ਇਸਕੀ ਨਿੱਕੇ ਨਿੱਕੇ ਪੀਸ ਕੀਤੇ ਨਾ ਇਸਨੇ ਤੋਂ ਇਲਾਵਾ ਇੱਕ ਗਾਜਰ ਅਸਾਂ ਕਿੱਦੀ ਹੈ ਉਸਕੀ ਅਸਾਂ ਮੈਸ਼ ਕੀਤਾ ਸਪਰਿੰਗ ਓਨੀਅਨ ਹੈ ਇਹ ਵੀ ਇੱਕ ਹੈ ਜਿਹੜਾ ਇਹ ਸਪਰਿੰਗ ਓਨੀਅਨ ਹੋਣਾ ਅਸਾਂ ਇਸਕੀ ਇਹ ਕੱਟੀ ਕੀਤਾ ਇਸਨੇ ਤੋਂ ਇਲਾਵਾ ਕੈਬਿਜ ਹੈ ਜਿਸਕੀ ਅਸਾਂ ਬਿਲਕੁਲ ਕੱਦੂਕਸ਼ ਕੀਤਾ ਹੀ ਹੈ ਬੰਦ ਗੋਭੀ ਆ ਕੈਬਿਜ ਇਸਨੇ ਤੋਂ ਇਲਾਵਾ ਅਸਾਂ ਕੋਲ ਹੈ 1 ਟੇਬਲ ਸਪੂਨ ਅਸਾਂ ਕੋਲ ਇਹ ਪੈਰੀ ਪੈਰੀ ਚਿੱਲੀ ਸੌਸ ਹੈ 1 ਟੀਸਪੂਨ ਅਸਾਂ ਕਰਸ਼ ਚਿਲੀ ਬਲੈਕ ਪੇਪਰ ਕਿਨਸਾਂ ਅਸਾਂ ਇਸਨੇ ਤੋਂ ਇਲਾਵਾ 1 ਟੀਸਪੂਨ ਅਸਾਂ ਸਾਲਟ ਕਿਨਸਾਂ 1 ਟੇਬਲ ਸਪੂਨ ਕੈਚਅਪ ਹੈ ਅਤੇ ਹਾਫ ਟੀਸਪੂਨ ਅਸਾਂ ਕੋਲ ਸੋਇਆ ਸੌਸ ਹੈ ਅਸਾਂ ਕੋਲ ਦੋ ਕਿਸਮ ਨੇ ਆਟੇ ਨੂੰ ਇਹ ਅਸਾਂ ਕੋਲ ਮੈਦਾ ਹੀ ਹੈ ਜਿਹੜਾ ਪਲੇਨ ਫਲੋਰ ਹੋਣਾ ਇਸਨੇ 2 ਟੇਬਲ ਸਪੂਨ ਔਰ ਇਸਨੇ ਤੋਂ ਇਲਾਵਾ ਅਸਾਂ ਕੋਲ ਕਰੋਨ ਫਲੋਰ ਹੈ ਜਿਹੜਾ ਮੱਕੇ ਨਾਲ ਚਿੱਟੀ ਮੱਕੇ ਨਾਲ ਆਟਾ ਹੋਣਾ ਹੀ ਹੈ ਉਹ ਇਹ ਵੀ 2 ਟੇਬਲ ਸਪੂਨ ਹੈ ਇਸਨੇ ਤੋਂ ਇਲਾਵਾ ਅਸਾਂ ਕੀ ਬ੍ਰੈਡ ਚਾਹੀਦਾ ਹਸਪੇ ਜ਼ਰੂਰਤ ਜਿੰਨੀ ਵੀ ਅਸਾਂ ਬ੍ਰੈਡ ਯੂਜ਼ ਕਰ ਸਾਂ ਬਣਾਉਣਾ ਚਾਹੁੰਦੇ ਹਾਂ ਅਤੇ ਓਇਲ ਅਸਾਂ ਚਾਹੀਦਾ ਹੈ ਜੀ ਉਹ ਬਿਸਮਿਲਾ ਕਰੋ ਉਹਨੂੰ ਪਹਿਲਾਂ ਸਾਰੀਆਂ ਚੀਜ਼ਾਂ ਵਿੱਚ ਪਾਓ ਬਿਸਮਿਲਾ ਨਹੀਂ ਵਰਕੇ ਜੀ ਇਸਨੇ ਵਿੱਚੋਂ ਸਾਰੇ ਸੋਸ ਪਾਓ ਨਾ ਆਪਣੇ ਟੇਸਟ ਮੁਤਾਬਕ ਜਿਤਨਾ ਮਰਜ਼ੀ ਤੁਸੀਂ ਪਾਓ ਬਈ ਸੋਸ ਤੁਸਾਂ ਦੀ ਮਰਜ਼ੀ ਹੈ ਜਿਤਨਾ ਆਪਣੀ ਮਰਜ਼ੀ ਹੈ ਤੁਸਾਂ ਨਾ ਥੋੜ੍ਹਾ ਪਾਉਣਾ ਚਾਹੁੰਦੇ ਹੋ ਥੋੜ੍ਹੇ ਪਾਓ ਜ਼ਿਆਦਾ ਪਾਉਣਾ ਚਾਹੁੰਦੇ ਹੋ ਜ਼ਿਆਦਾ ਪਾਓ ਕਿਉਂਕਿ ਆਪਣੀ ਟੇਸਟ ਲਮਣ ਘੱਟ ਪਾਏ ਬਸ ਤਾਂ ਮਿਰਚਾਂ ਵੀ ਥੋੜ੍ਹੀਆਂ ਘੱਟ ਪਾਓ ਜਿਤਨੇ ਆਪਣੀ ਟੇਸਟ ਜੀ ਹਾਂ ਬਿਲਕੁਲ ਮਿਕਸ ਕਰੋ ਹੁਣ ਨਾਲ ਹੀ ਉਹ ਜਿਹੜੇ ਆਟੇ ਰੱਖੇ ਨੇ ਉਹ ਪਾਓ ਤਾਂ ਫਿਰ ਸਹੀ ਵਿੱਚ ਮਿਕਸ ਹੋ ਸੀ ਆਹ ਬਾਈ ਛੋੜੋ ਬਿਸਮਿਲਾ ਬਿਸਮਿਲਾ ਚਲੋ ਹੁਣ ਇਹਨੇ ਮਿਕਸ ਕਰੋ ਖੁਸ਼ਬੂ ਤਾਂ ਬਹੁਤ ਹੀ ਅੱਛੀ ਆ ਰਹੀ ਹੈ ਬੜੇ ਮਜ਼ੇ ਨਹੀਂ ਹੈ ਜੀ ਹਾਂਜੀ ਮਿਕਸ ਕਰੋ ਨਾਲ ਇਹਦੀਆਂ ਥੋੜ੍ਹਾ ਜਿਹਾ ਪਤਾ ਹੈ ਬੰਦ ਗੋਭੀ 'ਚ ਵੀ ਪਾਣੀ ਹੋਣਾ ਹੈ ਗਾਜਰਾਂ 'ਚ ਵੀ ਪਿਆਜ਼ਾਂ 'ਚ ਵੀ ਇਹ ਥੋੜ੍ਹੇ 2 ਮਿੰਟ ਨਾ ਰਹਿਣ ਦਿਓ ਬਈ ਜਿਹੜਾ ਨਾ 2-3 ਮਿੰਟ ਅਸੀਂ ਮਿਕਸ ਕਰੀ ਰਹਿਣ ਦਿਓ ਤਾਂ ਫਿਰ ਇਸ ਨਾਲ ਅਸਾਂ ਅੱਗੋਂ ਦੱਸਣੇ ਹਾਂ ਤੁਸਾਂ ਵੀ ਮਿਕਸ ਕਰੀ ਜੇ ਲਾਸਾਂ ਵਿੱਚ ਬਿਸਮਿਲਾ ਰਹਿਮਾਨ ਰਹੀਮ ਮੈਂ ਤੱਕ ਸਾਡਾ ਬੈਟਰ ਜਿਹੜਾ ਬਣਾਇਆ ਸੀ ਮਾਸ਼ਾਅੱਲਾ ਬਹੁਤ ਪਿਆਰਾ ਬਣ ਗਿਆ ਤੁਸੀਂ ਇਸਦੀ ਟੇਸਟ ਵੀ ਕਰ ਸਕਦੇ ਹੋ ਲੂਣ ਮਿਰਚ ਥੋੜ੍ਹਾ ਜ਼ਿਆਦਾ ਉਹ ਹੈ ਤਾਂ ਕਰ ਸਕਦੇ ਹੋ ਬਈ ਬਿਸਮਿਲਾ ਇਹ ਹੁਣ ਤੁਸੀਂ ਬਰੈਡਾ ਪਰ ਲਾਉਣਾ ਬਹੁਤ ਮਜ਼ੇ ਦੀ ਟੋਸਟੀ ਬਣਦੇ ਜੇ ਜ਼ਰੂਰ ਬਣਾ ਕੇ ਖਾਇਓ ਜੇ ਮੈਂ ਤੁਸੀਂ ਦੱਸਣੀ ਹਾਂ ਹੁਣ ਜੀ ਇਸਨੇ ਵਿੱਚ ਮੈਂ 1 ਚਮਚ ਇੱਕ ਤੇਲ ਪਾਉਣਾ ਜ਼ਿਆਦਾ ਨਹੀਂ ਬਸ ਬਹੁਤ ਜ਼ਿਆਦਾ ਨਹੀਂ ਤੇਲ ਪਾਉਣਾ ਇਸਗੀ ਖਲਿਆਰ ਛੋੜਨਾ ਇਸ ਤਰ੍ਹਾਂ ਜੇ ਤੇਲ ਗਰਮ ਹੋਇਆ ਫਿਰ ਮੈਂ ਤੁਹਾਨੂੰ ਦੱਸਣੀ ਹਾਂ ਜੇ ਤੇਲ ਗਰਮ ਹੋ ਗਿਆ ਇਹ ਤੱਕੋ ਮੈਂ ਇਸਨੇ ਵਿੱਚ ਲੱਗੀਆਂ ਸੱਟਣ ਇਸ ਤਰ੍ਹਾਂ ਇਹ 1-2 ਮਿੰਟ ਨਾ ਇਸਗੀ ਇਸਨੇ ਉੱਪਰ ਰੱਖਣਾ ਗਰਮ ਹੋਣੇ ਵਾਸਤੇ ਮੈਂ ਤੁਸਾਂ ਕੀ ਨਾਲ ਨਾਲ ਦੱਸ ਜਾਣੀ ਆ ਕਿਸ ਤਰ੍ਹਾਂ ਬਣਾਉਣੇ ਬਿਸਮਿਲ੍ਲਾ ਨੀ ਬਰਕਤ ਇਹ ਤਾਂ ਕੋ ਮਾਸ਼ਾਅੱਲਾ ਬਹੁਤ ਪਿਆਰਾ
ਅਜੇ ਇਸ ਗੀ ਮੈਂ 2 ਤੋਂ 3 ਮਿੰਟ ਹੋਰ ਭੁੰਨਣਾ ਆ ਬਈ, ਦੋਵਾਂ ਪਾਸੋਂ ਸੇਕ ਲੱਗਿਆ ਸੀ ਇਸ ਦੇ ਉੱਪਰ। ਮੈਂ ਆਉਣਾ ਤਿਲੀ, ਇਹ ਮੈਂ ਤਿਲੀ ਜਿਹੜੀ ਹੈ ਨਾ ਇਹ ਮੈਂ ਥੋੜ੍ਹੀ ਥੋੜ੍ਹੀ ਪਾਉਣ ਲੱਗੀ ਹਾਂ ਇਸ ਦੇ ਉੱਪਰ ਤਿਲੀ, ਇਹ ਥੋੜ੍ਹੀ ਜਿਹੀ ਕਲਵੰਜੀ ਇਹ ਟੇਸਟ ਵਾਸਤੇ, ਇਸ ਬਹੁਤ ਪਿਆਰੀ ਟੇਸਟ ਆਉਂਦੀ ਜੀ। ਅਜੇ ਇਹ ਤੱਕਿਆ ਇੱਧਰ ਬਰਾਉਨ ਹੋਇਆ ਨਾ, ਹੁਣ ਇਸ ਪਾਸੋਂ ਹੋਰ 1 ਮਿੰਟ 1 ਮਿੰਟ 1.5 ਮਿੰਟ ਆਸਤਾ ਗੈਸ ਹੈ ਪਰ ਬਿਲਕੁਲ ਹਲਕੀ ਗੈਸ ਹੈ ਪਰ ਬਣਾਉਣਾ। ਮਾਸ਼ਾਅੱਲਾ ਜੀ ਇਹ ਤਾਂ ਕੁਝ ਬਹੁਤ ਪਿਆਰਾ ਬਣਿਆ। ਇਹ ਤਾਂ ਕੁਝ ਬਹੁਤ ਪਿਆਰਾ ਬਣਿਆ ਆ, ਇਹ ਤੁਸੀਂ ਜ਼ਰੂਰ ਬਣਾਇਓ ਮਾੜੇ ਤਰੀਕੇ ਨਾਲ, ਇਨਸ਼ਾਅੱਲਾ ਬਹੁਤ ਪਿਆਰੀ ਚੀਜ਼ ਹੈ। ਮੈਂ ਹੋਰ ਵੀ ਨਾਲ ਤੁਸਾਂ ਬਣਾ ਬਣਾ ਕੇ ਨਾਲ ਦੱਸਣੀ ਆ ਫਿਰ। ਤੇਲ ਬਿਲਕੁਲ ਘੱਟ ਪਾਉਣਾ, ਬਿਸਮਿਲ੍ਲਾ ਦੀ ਬਰਕਤ ਜੀ। ਸਾਨੀ ਮਜ਼ੇਦਾਰ ਚਿਕਨ ਐਂਡ ਵੈਜ ਟੋਸਟੀ ਤਿਆਰ ਹੈ ਤਾਂ ਬਿਲਕੁਲ ਪਰਫੈਕਟ ਹੈ ਤੁਸਾਂ ਨੇ ਸੈਰੀ ਵਾਸਤੇ ਵੀ ਅਤੇ ਅਫਤਾਰੀ ਵਿੱਚ ਵੀ ਅਗਰ ਤੁਸੀਂ ਖਾਣਾ ਚਾਹੋ ਤਾਂ ਵੀ। ਐਸਾ ਰਮਜ਼ਾਨ ਵਾਸਤੇ ਤੁਸਾਂ ਕੀ ਸਪੈਸ਼ਲੀ ਰੈਸਿਪੀ ਦਿੱਤੀ ਹੈ, ਬਹੁਤ ਆਸਾਨ ਤਰੀਕੇ ਨਾਲ ਬਣਨ ਵਾਲੀ ਹੈ। ਇਸ ਕੋਈ ਮਸਾਲੇ ਮਸੂਲੇ ਨਹੀਂ ਇਤਨੇ, ਜੇ ਆਖਿਆ ਹੋਵੇ ਬੰਦਾ ਇਤਨੇ ਜ਼ਿਆਦਾ ਮਸਾਲੇ ਹੋ ਸਕਣ, ਕੁਝ ਹਾਰਟ ਬਰਨ ਦੀ ਪ੍ਰੋਬਲਮ ਹੋਣੀ ਹੈ। ਬਹੁਤ ਨਾਈਸ ਹੈ ਪੀਜ਼ੇ ਨਾ ਪੀਜ਼ਾ ਟੋਸਟੀ ਨੀ ਟੋਸਟੀ। ਜਿਨ੍ਹਾਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸੋ ਰਿਕੁਐਸਟ ਕਰਨੇ ਆ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਤੁਸੀਂ ਪਸੰਦ ਕਰਨੇ ਹੋ ਆਪਣੇ ਫੈਮਿਲੀ ਫਰੈਂਡਸ ਵਿੱਚ ਸ਼ੇਅਰ ਕਰੋ। ਸਾਨੂੰ ਤੁਸੀਂ ਮੈਸੇਜ ਭੇਜ ਰਹੇ ਹੋ ਵੀ ਬਹੁਤ ਨਾਈਸ ਨਾ ਆਂਟੀ ਜੀ ਤੁਹਾਡੀਆਂ ਰੈਸਪੀਆਂ ਈਜ਼ੀ ਤਾਂ ਨਾਈਸ ਨਾ ਤਾਂ ਬਹੁਤ ਬਹੁਤ ਉਹਨਾਂ ਨੇ ਥੈਂਕ ਯੂ, ਬਹੁਤ ਸ਼ੁਕਰੀਆ ਅਦਾ ਕਰਨੇ ਆ ਉਹਨਾਂ ਨਾਲ ਜੇ ਸਾਡੀਆਂ ਤੁਸੀਂ ਚੈਨਲ ਵੀ ਖਾਣੇ ਪਸੰਦ ਕਰਨੇ ਹੋ ਤਾਂ ਬਹੁਤ ਤੁਹਾਡਾ ਸ਼ੁਕਰੀਆ। ਤਾਂ ਅਗਲੀ ਰੈਸਪੀ ਨਾਲ ਮਿਲਸਾਂ ਹੋਣਾ, ਅੱਲਾ ਨਿਵਾਲਿਆ, ਖੁਦਾ ਹਾਫਿਜ਼।